ਗੁਰੂ ਨਾਨਕ ਸਾਹਿਬ ਜਦੋਂ ਛੋਟੀ ਉਮਰ ਦੇ ਸਨ ਤਾਂ ਬਾਹਰ ਬੱਚਿਆਂ ਨਾਲ ਖੇਡਣ ਜਾਇਆ ਕਰਦੇ ਸੀ। ਪਰ ਗੁਰੂ ਸਾਹਿਬ ਦਾ ਖੇਡਣਾ ਆਮ ਨਹੀਂ ਸੀ, ਉਹ ਹਰ ਖੇਡ ਵਿੱਚੋਂ ਕੁਝ ਨਾ ਕੁਝ ਸਿਖਾਉਂਦੇ ਸਨ। ਇੱਕ ਵਾਰ ਕੀ ਹੋਇਆ ਕਿ ਇੱਕ ਗਰੀਬ ਅਤੇ ਨੀਵੀਂ ਜਾਤ ਦਾ ਬੱਚਾ ਗੁਰੂ ਨਾਨਕ ਸਾਹਿਬ ਨਾਲ ਖੇਡਣਾ ਚਾਹੁੰਦਾ ਸੀ, ਪਰ ਗੁਰੂ ਨਾਨਕ ਸਾਹਿਬ ਦੇ ਬਾਕੀ ਸਾਥੀ ਕਹਿੰਦੇ ਸਨ, ਹੇ ਨਾਨਕ, ਇਸ ਬੱਚੇ ਨੂੰ ਆਪਣੇ ਨਾਲ ਨਹੀਂ ਖਿਡਾਇਆ ਜਾ ਸਕਦਾ। ਬਾਬਾ ਜੀ ਪੁੱਛਦੇ ਨੇ, ਦੋਸਤੋ ਕਿਉਂ? ਉਹ ਕਹਿਣ ਲੱਗੇ, ਹੇ ਨਾਨਕ, ਸਾਡੇ ਪਿਤਾ ਜੀ ਸਾਨੂੰ ਸਿਖਾਉਂਦੇ ਹਨ ਕਿ ਨੀਵੀਂ ਜਾਤੀ ਵਾਲੇ ਸ਼ੂਦਰਾਂ ਨਾਲ ਨਹੀਂ ਖੇਡਣਾ। ਗੁਰੂ ਸਾਹਿਬ ਨੇ ਜਦੋਂ ਇਹ ਸੁਣਿਆ ਤਾਂ ਇੱਕ ਕੌਤਕ ਕਰਦੇ ਨੇ। ਗੁਰੂ ਸਾਹਿਬ ਕਹਿੰਦੇ, ਠੀਕ ਹੈ ਦੋਸਤੋ, ਚਲੋ ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਅੱਜ ਆਪਾਂ ਇੱਕ ਅਲੱਗ ਤਰੀਕੇ ਨਾਲ ਖੇਡਦੇ ਹਾਂ। ਗੁਰੂ ਸਾਹਿਬ ਨੇ ਸਾਰੇ ਸਾਥੀਆਂ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ ਔਰ ਕਿਹਾ ਕਿ ਕਿਸੇ ਵੀ ਧੜੇ ਨੇ ਦੂਜੇ ਧੜੇ ਨਾਲ ਕੋਈ ਸੰਬੰਧ ਨਹੀਂ ਰੱਖਣਾ, ਹਰ ਧੜੇ ਨੇ ਆਪੋ ਆਪਣਾ ਖੇਡਣਾ ਹੈ, ਆਪਣੇ ਧੜੇ ਦੇ ਸਾਥੀਆਂ ਨੂੰ ਹੀ ਫੜਨਾ ਹੈ, ਦੂਜਿਆਂ ਨੂੰ ਨਹੀਂ। ਚਾਰੋ ਧੜਿਆਂ ਨੇ ਖੇਡਣਾ ਵੀ ਇੱਕੋ ਥਾਂ 'ਤੇ ਹੀ ਹੈ। ਗੁਰੂ ਸਾਹਿਬ ਨੇ ਜਦੋਂ ਇਹ ਗੱਲ ਕਹੀ, ਗੁਰੂ ਸਾਹਿਬ ਦੀ ਗੱਲ ਮੰਨ ਕੇ ਚਾਰੋ ਧੜੇ ਆਪੋ ਆਪਣਾ ਖੇਡਣ ਲੱਗ ਪਏ, ਪਰ ਇੱਕੋ ਥਾਂ 'ਤੇ ਖੇਡਣ ਕਰਕੇ ਆਪਸ 'ਚ ਹੀ ਵੱਜਦੇ ਰਹੇ। ਹਰ ਧੜੇ ਵਿੱਚ ਥੋੜ੍ਹੇ ਬਾਲਕ ਹੋਣ ਕਰਕੇ ਮਜ਼ਾ ਵੀ ਨਹੀਂ ਸੀ ਆ ਰਿਹਾ। ਸਾਰੇ ਥੱਕ ਹਾਰ ਕੇ ਕਹਿਣ ਲੱਗੇ, ਹੇ ਨਾਨਕ, ਅੱਜ ਮਜ਼ਾ ਨਹੀਂ ਆ ਰਿਹਾ। ਗੁਰੂ ਸਾਹਿਬ ਪੁੱਛਦੇ ਨੇ, ਫਿਰ ਮਜ਼ਾ ਕਿਵੇਂ ਆਵੇਗਾ? ਬਾਲਕ ਜਵਾਬ ਦਿੰਦੇ ਨੇ, ਮਜ਼ਾ ਤਾਂ ਆਵੇਗਾ ਜੇ ਆਪਾਂ ਸਾਰੇ ਇਕੱਠੇ ਖੇਡਾਂਗੇ, ਜੇ ਧੜਿਆਂ 'ਚ ਨਾ ਵੰਡਾਂਗੇ ਆਪਣੇ ਆਪ ਨੂੰ, ਜੇ ਸਾਰੇ ਰਲ ਕੇ ਖੇਡਾਂਗੇ ਫਿਰ ਬਹੁਤ ਮਜ਼ਾ ਆਏਗਾ। ਗੁਰੂ ਸਾਹਿਬ ਸਮਝਾਉਂਦੇ ਨੇ, ਦੋਸਤੋ, ਜੇ ਆਪਾਂ ਇਕੱਠੇ ਖੇਡਦੇ ਹਾਂ ਤਾਂ ਕਿੰਨਾ ਮਜ਼ਾ ਆਉਂਦਾ ਹੈ, ਪਰ ਜੇ ਸਾਰੇ ਆਪੋ ਆਪਣਾ ਖੇਡੀਏ ਤਾਂ ਭੂਰਾ ਵੀ ਮਜ਼ਾ ਨਹੀਂ ਆਉਂਦਾ, ਬਿਲਕੁਲ ਆਨੰਦ ਨਹੀਂ ਆਉਂਦਾ, ਆਪਸ ਵਿੱਚ ਹੀ ਵੱਜਦੇ ਹਾਂ। ਇਸੇ ਤਰ੍ਹਾਂ ਸਮਾਜ ਦੇ ਵਿੱਚ ਜਿੰਨੇ ਵੀ ਲੋਕ ਅਸੀਂ ਰਹਿੰਦੇ ਹਾਂ, ਜੇ ਇਕੱਠੇ ਚੱਲਾਂਗੇ ਤਾਂ ਜੀਵਨ ਵਿੱਚ ਬਹੁਤ ਮਜ਼ਾ ਆਵੇਗਾ, ਪਰ ਜੇ ਅਸੀਂ ਜਾਤ ਦੇ ਨਾਮ 'ਤੇ, ਰੰਗਾਂ ਦੇ ਨਾਮ 'ਤੇ, ਧਰਮਾਂ ਦੇ ਨਾਮ 'ਤੇ ਆਪਸ ਵਿੱਚ ਲੜਾਂਗੇ ਤਾਂ ਜੀਵਨ ਵਿੱਚ ਕੋਈ ਮਜ਼ਾ ਨਹੀਂ ਆਉਣਾ। ਇਹ ਸੁਣ ਕੇ ਬਾਕੀ ਬਾਲਕ ਸਮਝ ਜਾਂਦੇ ਹਨ ਔਰ ਉਸ ਅਖੌਤੀ ਨੀਵੀਂ ਜਾਤ ਵਾਲੇ ਬੱਚੇ ਨੂੰ ਵੀ ਆਪਣੇ ਨਾਲ ਹੀ ਖਿਡਾਉਂਦੇ ਹਨ। ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਫੁਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬਹਿਸੋ ਸਫਾ ਵਿਛਾਏ।